ਤੁਸੀਂ ਤੜਕੇ ਵੀਰੇ ਇੰਨੀ ਲੇਟ ਹੋ ਗਏ। ਕਾਂਗਰਸ ਦੀ ਭਾਰਤ ਜੋੜੋ ਯਾਤਰਾ, ਨਿਆਂ ਯਾਤਰਾ ਮਣੀਪੁਰ ਤੋਂ ਸ਼ੁਰੂ। ਆਪਾਂ ਕਿਹੜਾ ਅਖਬਾਰ ਪੜ੍ਹਦੇ ਹਾਂ ਵੀਰੇ, ਦਿਖਾਇਓ। ਓ ਇੰਗਲਿਸ਼, ਵਾਹ, ਤਰਨਵੀਰ ਘੁਮਾਣ ਹੈ ਕਹਿੰਦੇ, ਕਾਹਨੂੰ ਦੱਬਦਾ ਹੈ। ਅਸੀਂ ਤਾਂ ਵੀਰੇ ਪੰਜਾਬੀ ਮਾਂ ਬੋਲੀ ਅਖਬਾਰ ਪੜ੍ਹਦੇ ਹਾਂ। ਕਹਿੰਦੇ ਜਮੀ ਕੰਮ ਅੜ ਰਿਹਾ ਗੱਭਰੂਆਂ ਦਾ, ਸ਼ਗਨ ਵਾਲੀ ਟੋਕਰੀ ਖੋਲਣਗੇ ਬਾਹਰ ਹੀ ਆਊ। ਭੁੱਖ ਕਾਹਨੂੰ ਲੱਗੀ ਹੋਈ ਹੈ, ਅਸਲ ਤਾਂ ਤੁਸੀਂ ਟੋਕਰੀ ਤਾਂ ਖੋਲ ਰਹੇ ਹੋ ਵੀ ਸਾਡੀ ਬਾਰੀ ਆਵੇ ਛੇਤੀ ਦੇਣੇ। ਤਰਨੀ ਤੋਂ ਵੀ ਖਿਲਾ ਦੇ ਇੱਕ ਅੱਧੀ ਗੱਠ ਜੀ, ਤਰਨੀ ਖੋਲ ਵਾਲੇ ਕਰਮ ਟਾਇਟ ਬੰਨੇ ਹੋਏ ਨੇ ਇਹਨਾਂ ਦੇ। ਪਾੜ ਕੇ ਨੀ ਗੱਲ ਬਣਦੀ, ਖੋਲ ਕੇ ਗੱਲ ਬਣੂਗੀ। ਐਂ ਤਾਂ ਫਿਰ ਤੁਹਾਡੇ ਕਰਮ ਉਹ ਹੋ ਜਾਣਗੇ, ਬੰਨੇ ਜਾਣਗੇ। ਚੱਲ ਵੀ ਚੱਕ ਵੀ ਹੁਣ ਬਣੀਆਂ ਗੱਲ। ਹੋਰ ਬਾਈ ਕਿੱਥੇ ਪਹੁੰਚਿਆ ਨੂੰ, ਪਹੁੰਚਿਆ ਨੀ ਘਰੇ ਤੂੰ ਖੜੇ ਨੇ ਪਰ ਮਜ਼ਾ ਵੀਰੇ। ਚੈਨਲ ਡਾਊਨ ਮੂਹਰੇ ਤੂੰ ਹੀ ਲਈ ਬੈਠੇ ਮੇਰੇ ਹਾਲ ਦੇ। ਕਿੱਧਰ ਰਹਿਣਾ, ਆਇਆ ਨੀ ਤੂੰ, ਕਿੱਥੇ ਆ ਗਿਆ? ਉਹ ਦੇਖੀ ਲਾਲ ਲੋਰ ਭਾਈ ਫਿਰਦਾ, ਲਾਲ ਹੈ। ਗਾਇਸ ਮਾਮੇ ਦੇ ਮੁੰਡੇ ਨੂੰ ਸ਼ਰਟ ਦਵਾ ਦਿੱਤੀ ਸੀ ਨੇ, ਚਿੱਟੇ ਰੰਗ ਦੀ ਨਿਰਾ ਨਕੋਰ, ਬਿਨਾਂ ਟੈਗ ਵਾਲੀ ਦਿਖਾ ਬਾਈ ਦੁਕਾਨ ਵਾਲੇ ਭਾਈ। ਬਾਈ ਫਿਰ ਤੂੰ ਗਏ ਆ ਮੇਰੇ ਮੋਬਾਈਲ ਘੁਮਾਤਾ ਦੁਕਾਨ ਵਾਲੇ ਬਾਈ। ਲੈ ਯਾਰ ਕਰਤੀ ਪੱਟੀ ਮੈਂ ਯਾਰ, ਇੱਕ ਤਾਂ ਦੁਕਾਨ ਤੋਂ ਕੱਪੜੇ ਲੈਣ ਆਇਆ ਤੁਹਾਡੀ, ਤੋਂ ਅਸੀਂ ਤਾਂ ਹੀ ਮਾਰਦੇ ਹੁੰਦੇ ਹਾਂ ਯਾ ਬਲੌਗਰ ਬੇਬੀ। ਆ ਮੁੰਡਾ ਕਬੀਲਦਾਰ ਹੈ, ਕਬੀਲਦਾਰ 2 ਹੈ, ਵਧੀਆ ਲੱਗਦਾ ਹੈ, ਬਹੂ ਤਾਂ ਬਾਗੀ ਅਗਲੇ ਦੀ। ਇਹਦਾ ਹੁਣ ਧੱਕੇ ਖਾਂਦਾ ਫਿਰਦਾ ਵਿਚਾਰਾ। ਫੈਲਾਤੀ ਬਰੋ, ਫੈਲਾਤੀ, ਓਕੇ ਆ, ਆਊ ਵੀਜ਼ਾ ਜਲਦੀ। ਮੁੰਡੇ ਦੇ ਕੱਟ ਪਵਾ ਕੇ ਲੈ ਆਵਾਂ ਕੱਲ, ਦੇਖ ਲੈਣ ਦਿਖਾ ਪਾਲੇ, ਸੰਗਣਾ ਨੀ ਹੈਗਾ, ਲੈਣ ਤਾਂ ਦਿਖਾ ਦੇ ਇੱਧਰ ਦੇ ਪਾਸੇ ਹੈ, ਸੰਗਦਾ ਬਹੁਤ ਹੈ ਇੱਕ ਤਾਂ, ਕਿੱਥੇ ਦੱਬਦੀ ਲੈਣ, ਵਿੱਚੀ ਵਿੱਚੀ ਰਲਾ ਦੀ। ਹਲੋ ਬਾਈ ਕਿਹੜਾ ਪਿੰਡ ਹੈ ਤੇਰਾ? ਓਏ ਆ ਹਲਵਾਈ ਕਿਹੜੇ ਪਿੰਡ ਦਾ ਹੈ, ਆ ਹਲਵਾਈ ਕਿਹੜੇ ਪਿੰਡ ਦਾ ਹੈ? ਚਨੇੜੀ ਹੈ ਕਹਿੰਦੇ, ਕਰਾਚੋ ਵਾਲੇ ਸੋਮੇ ਦਾ ਚੇਲਾ। ਆਹ ਕਿਹੜੇ ਪਿੰਡ ਦਾ ਹੈ, ਰਾਤ ਕੀ ਕਹਿੰਦਾ ਸੀ? ਏ ਓਏ ਰਾਤ ਕੀ ਕਰਦਾ ਸੀ ਹੈ? ਓਏ ਆ ਬੰਦੇ ਕਿ ਨੀ ਵੀ ਦੇਖ ਲੋ, ਚੱਕੀ ਇੱਧਰ ਦੇਖ ਲੈ ਮੇਰਾ,
ਉਹ ਵੀਡੀਓ ਉਹ ਵੀਡੀਓ ਪਾਵਾਂਗੇ ਬਲੌਗ ਚ ਜੇ ਹਲੇ ਆਈ ਜਾ ਅਗਲਾ ਵਧੀਆ ਚਾਹ ਨਾਲ ਉਹੀ ਕਹਿਣਾ ਵੀ ਚਾਹ ਨਾਲ ਵੀਡੀਓ ਪਵਾ ਲਾ ਜੇ ਪਵਾ ਸਕਦਾ ਨਹੀਂ ਫਿਰ ਕਿਸੇ ਹੋਰ ਚੀਜ਼ ਨਾਲ ਪਾਵਾਂਗੇ ਲੱਗਦੀ ਆ ਠੰਡ ਬਲ ਰਾਮ ਹੋਣਾ ਨੂੰ ਜਮੀ ਨੀ ਲੱਗਦੀ ਠੰਡ ਨੀ ਲੱਗਦੀ ਦਾ ਤੈਨੂੰ ਨਹੀਂ ਲੱਗਦੀ ਆ ਬੈਠਾ ਲੋ ਬਾਈ ਲੋ ਤੂੰ ਤੂੰ ਟੋਪੀ ਕਿਉਂ ਲੈ ਕੇ ਆਇਆ ਯਾਰ ਮੈਂਬਰ ਸਾਹਿਬ ਨਾਲ ਗੱਲ ਕਰਦੇ ਆ ਓਏ ਇੱਥੇ ਨੀ ਹੈਗੀ ਉਧਰ ਆ ਓਏ ਨਾ ਨਾ ਮੈਂਬਰ ਵਿਆਹ ਵਿਆਹ ਹੈ ਮੇਰਾ ਮੈਂਬਰ ਨਹੀਂ ਦੇਖ ਲੈ ਅਸੀਂ ਤਾਂ ਤੇਰੀਆਂ ਵੋਟਾਂ ਉਹ ਕਰਾ ਰਹੇ ਹਾਂ ਵੀ ਵੋਟਾਂ ਬੰਦੇ ਨੂੰ ਪਾਉਣੀਆਂ ਨੇ ਜ਼ਰੂਰ ਬਾਈ ਆਪਣੇ ਜਿੰਨੇ ਬੰਦੇ ਦੇਖਦੇ ਨੇ ਆਹ ਵਾਰਡ ਦੇ ਸਿਆਣਾ ਸੂਝਵਾਨ ਮੈਂਬਰ ਆ ਪਾਉਂਗੇ ਮੋਟੇ ਵੋਟਾਂ ਬਾਈ ਵੋਟਾਂ ਪਾਉਣੀਆਂ ਨੇ ਆਹ ਦੇਖ ਰਿਕਾਰਡ ਆਪਣੇ ਲਵੇ ਲਾਏ ਵਾ ਇਹਦੇ ਲੈਟਰ ਚ ਕੋਈ ਤੇਲ ਨਹੀਂ ਹੁੰਦਾ ਓਏ ਵੋਟਾਂ ਦੇਖਦਾ ਆ ਤੇਰੇ ਨਾਲ ਮਾਸੜ ਮਾਸੜਾ ਤੇਰੇ ਨਾਲ ਸਿੱਧੀ ਜਵਾਨ ਹੈ ਆਨ ਲਾਈਵ ਕਹਿਦਾ ਠੀਕ ਹੈ ਸਾਡੇ ਘਰ ਦੀਆਂ ਵੋਟਾਂ ਦੇ ਠੀਕ ਹੈ ਜੇ ਪਹਿਲਾਂ ਆ ਗਈਆਂ ਜੇ ਮੈਂ ਪਹਿਲਾਂ ਬਾਹਰੇ ਪਾ ਗਿਆ ਫਿਰ ਮੈਂ ਕੁਛ ਕਹਿ ਨਹੀਂ ਸਕਦਾ ਸਪੋਰਟ ਪੂਰੀ ਹੈ ਤੈਨੂੰ ਹੈ ਕੜਾਹੀ ਵਾਲੇ ਵੀਰਾਂ ਨੂੰ ਬੇਨਤੀ ਕਰ ਦਿੰਦਾ ਮੈਂ ਬਾਈ ਹੈਲੋ ਮੈਂਬਰ ਸਾਹਿਬ ਨੂੰ ਵੋਟਾਂ ਪਾਵਾਂਗੇ ਬਾਈ ਕਹਿੰਦੇ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਕਹਿੰਦੇ ਬਰਾਊਨ ਪੱਗ ਚ ਪਹੁੰਚੇ ਨੇ ਚਾਰ ਸੌ ਵੀਹ ਚੱਕਰ ਤਾਂ ਹੋ ਗਏ ਇੱਧਰ ਦੇਖੋ ਹੈ ਮਾਸਟਰ ਜੀ ਹੁਣ ਪਹੁੰਚੇ ਨੇ ਸਰ ਪਹੁੰਚੇ ਹੋ ਧੰਨਵਾਦ ਤੁਹਾਡਾ ਤਹਿ ਦਿਲੋਂ ਟਾਈਮ ਤੇ ਪਹੁੰਚੇ ਤੁਸੀਂ ਦੋ ਦਿਨਾਂ ਬਾਅਦ ਨਹੀਂ ਮੈਂ ਹਰ ਰੋਜ਼ ਆਉਂਦਾ ਰਿਹਾ ਉਹ ਝੂਠ ਬੋਲਦਾ ਗਿਆ ਮੈਂ ਸਵੇਰ ਉਹ ਘਰ ਹੈ ਜਿਹੜਾ ਦੇਖ ਲਾ ਸਾਹਮਣੇ ਮੱਥੇ ਨਾਲ ਮੱਥਾ ਲੱਗਦਾ ਬੰਦਾ ਕੰਮ ਸਾਰਾ ਮੈਂ ਹੀ ਦੇਖਿਆ ਮੇਰੀ ਦੇਖ ਰੇਖ ਦੇ ਅੰਡਰ ਹੀ ਹੋਇਆ ਸਾਰਾ ਕੰਮ ਨਾ 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 ਹੋਰ ਹਾਂ ਦੱਸੇ ਕੀ ਬਣ ਗਿਆ ਚੱਲ ਆਈ ਦੱਸ ਦੇ ਕੀ ਬਣ ਗਿਆ ਦੱਸ ਖੋਆ ਕੱਢਿਆ ਜਾ ਰਿਹਾ ਦੇਖੋ ਮਸ਼ੀਨ ਲੱਗ ਰਹੀ ਹੈਗੀ ਹੈ ਨਾ ਕਿੰਨੀਆਂ ਹਾਂ ਸੱਤ ਟਰੇਆਂ ਬਣ ਗਿਆ ਸੱਤ ਟਰੇਆਂ ਬਣ ਗਿਆ ਉਹ ਬੰਦੇ ਨੂੰ ਪਤਾ ਉਹ ਦੱਸ ਦਿਖਾ ਕੇ ਇੱਥੇ ਨੇ ਸੱਤ ਤਾਂ ਬਣੀ ਨਹੀਂ ਮੈਂ ਜਦੋਂ ਫਿਰ ਉਦੋਂ ਬਾਅਦ ਮੈਂ ਚਲਾ ਗਿਆ ਸੀ ਉਦੋਂ ਬਾਅਦ ਚ ਦੋ ਤਿੰਨ ਹੋਰ ਬਣ ਗਿਆ ਹੋਣਗੀਆਂ ਸਾਰੀ ਨਹੀਂ ਬਣੀਆਂ ਗਲਤ ਗੱਲ ਹੈ ਨਹੀਂ ਮੈਂ ਸੱਤ ਦਾ ਆਈਡੀਆ ਦਿੱਤਾ ਤੇ ਉਹਨੂੰ ਮੈਂ ਐਡਵਾਈਸ ਕਰਿਆ ਸੱਤ ਬਣਾ ਦੇ ਸਾਇੰਸ ਚਾਹੇ ਕੁਝ ਵੀ ਕਹਿੰਦੀ ਹੈ ਪਰ ਇੱਥੇ ਤੁਸੀਂ ਫਸ ਚੁੱਕੇ ਜਿਹੜੇ ਹਿਸਾਬ ਨਾਲ ਦੋ ਦਿਨਾਂ ਦਾ ਟਾਈਮ ਸੀ ਸੱਤ ਟਰੇਆਂ ਤਾਂ ਯਾਰ ਕੱਢਣੇ ਬਣਦੇ ਆ ਦੀ ਹਲਵਾਈਆਂ ਨੂੰ ਲੱਡੂ ਵੀ ਕੱਢਣੇ ਨੇ ਪਹਿਲਾਂ ਲੱਡੂ ਤਾਂ ਤਰਨੀ ਉਰੀ ਵੱਟ ਰਹੇ ਸੀਗੇ ਉਹ ਘਰ ਆ ਦੇਖੋ ਬੰਦੇ ਦਾ ਸਾਹਮਣੇ ਮੱਥੇ ਨਾਲ ਮੱਥਾ ਲੱਗਦਾ ਫੇਰ ਵੀ ਬੰਦਾ ਦੋ ਦਿਨਾਂ ਬਾਅਦ ਪਹੁੰਚੇ ਅਸੀਂ ਡਿਊਟੀ ਮੈਨ ਬੰਦੇ ਆਗੇ ਹਰ ਰੋਜ਼ ਸਾਨੂੰ ਡਿਊਟੀ ਤੇ ਜਾਣਾ ਪੈਂਦਾ ਤੇਰਾ ਵਿਆਹ ਹੋਵੇ ਮੈਨੂੰ ਸ਼ਾਮ ਨੂੰ ਛੁੱਟੀ ਮਾਰੂ ਸ਼ਾਮ ਨੂੰ ਆਉਣੇ ਆਗੇ ਮੇਰਾ ਤਾਂ ਹੋ ਗਿਆ ਹੁਣ ਕੋਈ ਪ੍ਰੋਗਰਾਮ ਹੋਵੇ ਕੁਝ ਵੀ ਮੈਨੂੰ ਕਹਿ ਤੂੰ ਮੈਂ ਉਹ ਠੀਕ ਹੈ ਜੀ ਠੀਕ ਹੈ ਜੀ ਮੈਂ ਜੀ ਇਹਦੇ ਵਿਆਹ ਨੂੰ ਤਿੰਨ ਛੁੱਟੀਆਂ ਲਾਉਂ ਕੱਟ ਤੂੰ ਬਾਹਰ ਦਾ ਕੱਟ ਲਾ ਆਵੇਗਾ ਜੀ ਪਾਣੀ ਦੀ ਆ ਮੈਂ ਕਹਿੰਦਾ ਤੂੰ ਸੈਂਸ ਨਹੀਂ ਦੇ ਰਹੀ ਪਾਣੀ ਹੈ ਦਵਾਈ ਹੈ ਦਵਾਈ ਤਾਂ ਤੂੰ ਮੈਨੂੰ ਪਤਾ ਨਹੀਂ ਫੇਰ ਕਹਿ ਰਹੀ ਹੈ